काम वधिया यार देखो बस वड्डी मशीन लैने की जरूरत नहीं आ ले लो 450 रुपए की कितने गया 150 रुपए ने पांच एक किन्ने की पैगी जे पायल आ पायल झांजर झांजर बोलते हैं ना पंजाबी में कितने की है जे 30 रुपए 2 पीस हर एक चीज सस्ते रेट से मिलती है 25 पैसे तो समान मिलना शुरू हो जाता 30 रुपए का आ भी 30 रुपए का आ भी 30 रुपए की आ भी 30 रुपए की जिहड़ी मर्जी ले लो सारा कुछ इत्थे 30 रुपए विच तुहानू मिल जाऊगा आ भी 30 रुपए का ठीक है सुइयां पता कर लेना पहला सारी कली कली चीज दिखावांगा तुहानू किन्ने सस्ते रेट से मिलती है ਵਧੀਆ ਸੂਈਆਂ ਦੱਸੋ ਵੱਡੀਆਂ ਕਿੰਨੇ ਦੀਆਂ ਨੇ ਔਰ ਆਹ ਫਿਰਕੀ ਕਿਤਨੇ ਕੀ ਹੈ 20 ਰੁਪਏ ਦਾ ਪੈਕਟ ਹੈ ਜੀ 12 ਇਹਦੇ ਅੰਦਰ ਫਿਰਕੀਆਂ ਨੇ ਔਰ ਛੋਟਾ ਮੇਰੇ ਘਰ ਕਿਤਨੇ ਦਾ ਹੈ 10 ਰੁਪਏ ਦਾ ਇੱਕ ਔਰ ਇੰਜੀ ਟੇਪ ਕਿਤਨੇ ਦਾ ਹੈ 10 ਇਹ ਵੀ 10 ਰੁਪਏ ਦਾ ਇੱਕ ਮਿਲ ਜੂਗਾ ਤੁਹਾਨੂੰ 50 ਰੁਪਏ ਦੇ 12 ਔਰ ਇਹ ਵਾਲੇ ਚਮਚ ਕਿੰਨੇ ਦੇ ਨੇ ਇਹ ਵੀ 100 ਰੁਪਏ ਦੇ 12 ਇਹ ਵੀ 100 ਰੁਪਏ ਦੇ 12 ਔਰ ਸੇਫਟੀ ਪਿੰਨ ਆਹ ਸੇਫਟੀ ਪਿੰਨ 20 ਰੁਪਏ ਦਾ ਪੈਕਟ ਹੈ ਠੀਕ ਹੈ ਭਾਈ ਜੋ ਮਰਜ਼ੀ ਲੈ ਲਓ 100 ਰੁਪਏ ਤੁਹਾਨੂੰ ਇੱਥੇ 50 ਰੁਪਏ ਦਾ ਇੱਕ 100 ਰੁਪਏ ਦੋ ਚਸ਼ਮੇ ਮਿਲ ਜਾਣਗੇ 60 ਰੁਪਏ ਦਾ ਪੂਰਾ ਪੈਕਟ 12 ਹੁੰਦੇ ਇਸ ਕੇ ਅੰਦਰ ਪੀਸ ਤੇ ਆਹ ਦੇਖ ਸਕਦੇ ਹੋ ਤੁਸੀਂ 200 ਰੁਪਏ ਤੁਹਾਨੂੰ ਆ ਪੱਖਾ ਮਿਲ ਜੂਗਾ ਤੇ ਇਹਦੇ ਲਾਈਟ ਵੀ ਲੱਗੀ ਹੋਈ ਹੈ ਠੀਕ ਹੈ 200 ਰੁਪਏ ਦਾ ਉਹ ਵੈਸੇ ਥੋੜਾ ਜਿਹਾ ਵੱਡਾ ਸਾਈਜ਼ ਆ ਇਹ ਤੁਹਾਨੂੰ ਮਿਲ ਜੂਗਾ ਇੱਥੇ ਤੁਹਾਨੂੰ ਇਹ 50 ਰੁਪਏ ਦਾ ਮਿਲ ਜੂਗਾ ਔਰ ਬੈਲਟਾਂ ਪਈਆਂ ਨੇ ਕੋਈ ਵੀ ਬੈਲਟ ਲੈ ਲਓ 20-20 ਰੁਪਏ ਤੋਂ ਇੱਥੇ ਬੈਲਟ ਮਿਲ ਜੂਗੀ 100 ਰੁਪਏ ਦੇ ਇਦਾਂ ਦੇ 4 ਪੈਕਟ ਮਿਲ ਜਾਣਗੇ 60 ਰੁਪਏ ਦਾ ਡੱਬਾ ਕਿਤਨੇ ਵੀ ਦੇ 12 ਪੀਸ ਹੈ 120 ਰੁਪਏ ਦੀ ਦਰਜਨ ਔਰ ਇਹ ਵਾਲਾ ਵੀ ਸੇਮ ਹੀ ਹੈ 120 ਰੁਪਏ ਦਰਜਨ ਇਹਨਾਂ ਦੀ ਜਿਹੜਾ ਮਰਜ਼ੀ ਦੇਖ ਸਕਦੇ ਤੁਸੀਂ ਵਾਸਤੇ ਬੱਚਿਆਂ ਵਾਸਤੇ 80 ਰੁਪਏ ਦੇ ਤੁਹਾਨੂੰ 12 ਪੀਸ ਮਿਲ ਜਾਣਗੇ ਬਾਈ ਆ ਦੇਖੋ ਦੋ ਪਰਸ ਮਿਲਣਗੇ ਤੁਹਾਨੂੰ ਇੱਥੇ 150 ਰੁਪਏ ਦੇ ਦੋ ਮਿਲ ਜਾਣਗੇ ਔਰ ਆ ਛੋਟੇ ਵਾਲਾ ਕਿਤਨੇ ਦਾ ਅੰਕਲ ਜੀ ਬੈਠੇ ਨੇ ਅੰਕਲ ਜੀ ਪਤਾ ਕਰ ਲੈਣੇ ਆਪਾਂ ਕੰਗੇ ਕਿੰਨੇ ਰੁਪਏ ਦੇ ਰਹੇ ਨੇ ਅੰਕਲ ਜੀ ਆ ਕੰਗਾ ਕਿਤਨੇ ਰੁਪਏ ਦਾ ਦੇ ਰਹੇ ਹੋ 200 ਰੁਪਏ ਕੀ 12 ਰੱਖਣੀ ਇਦਾਂ ਦੀ ਹੈ ਕਿੰਨਾ ਹੋਣਾ ਚੀਜ਼ ਹੈ ਯਾਰ ਆ ਇੱਥੇ ਕੰਨ ਤੇ ਲਗਾ ਕੇ ਇਦਾਂ ਚਾਬੀਆਂ ਵਗੈਰਾ ਛੱਲੇ ਵਗੈਰਾ ਤੁਸੀਂ ਇੱਥੇ ਘਰ ਵਿੱਚ ਟੰਗ ਸਕਦੇ ਹੋ ਮਾਤਰ 50 ਰੁਪਏ ਦਾ ਬਾਈ ਪੈਦਾਨ ਮਿਲ ਰਹੇ ਨੇ ਇੱਥੇ ਆ ਦੇਖੋ ਮੈਟ ਜੀ ਹੁੰਦੇ ਨੇ ਆਪਣੇ ਘਰਾਂ ਦੇ ਵਿੱਚ ਵਸਾਉਣ ਵਾਲੇ ਹਨਾ ਇਹ 100 ਰੁਪਏ ਦੇ 4 ਇੱਥੇ ਆ 50 ਰੁਪਏ ਦੀ ਮਿਲ ਜੂਗੀ 1220 ਰੁਪਏ ਦੀ ਮਿਲੂਗੀ ਹੈਲੋ ਦੋਸਤੋ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਦੋਸਤੋ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਬਈ ਇੰਨੇ ਵੱਡੇ ਬਾਜ਼ਾਰ ਦੇ ਵਿੱਚ ਇੱਥੇ ਹਰ ਇੱਕ ਚੀਜ਼ ਸਸਤੇ ਰੇਟ ਤੇ ਮਿਲਦੀ ਹੈ 25 ਪੈਸੇ ਤੋਂ ਸਮਾਨ ਮਿਲਣਾ ਸ਼ੁਰੂ ਹੋ ਜਾਂਦਾ ਮੈਂ ਤੁਹਾਨੂੰ ਦਿਖਾਉਣ ਲੱਗਾ ਵੀਡੀਓ ਪੂਰੇ ਮਾਰਕੀਟ ਦੀ ਵੀਡੀਓ ਦਿਖਾਉਣੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸੋ ਅਗਰ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ ਤਾਂ ਇੱਥੇ 30000 ਮੈਟਰੋ ਸਟੇਸ਼ਨ ਉਹ ਫੜ ਕੇ ਤੁਸੀਂ ਉੱਥੋਂ ਅੱਗੇ 10 ਰੁਪਏ ਦਾ ਈ-ਰਿਕਸ਼ਾ ਲੈ ਕੇ ਤੁਸੀਂ ਇੱਥੇ ਪਹੁੰਚ ਸਕਦੇ ਹੋ ਪਿੱਛੇ ਚੌਂਕ ਆ ਉੱਥੇ ਤੁਹਾਨੂੰ ਉਤਾਰ ਦੇਗਾ ਤੇ ਉੱਥੇ ਹੀ ਸਾਰੀ ਮਾਰਕੀਟ ਸ਼ੁਰੂ ਹੋ ਜਾਂਦੀ ਆ ਆ ਦੇਖ ਸਕਦੇ ਹੋ ਬਹੁਤ ਜ਼ਿਆਦਾ ਭੀੜ ਹੁੰਦੀ ਆ ਇੱਥੇ ਠੀਕ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਅਗਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਵੀ ਜ਼ਰੂਰ ਕਰਿਓ ਠੀਕ ਹੈ ਵਧੀਆ ਪੈਕਟ ਕਿੰਨੇ ਦਾ ਪੂਰਾ 60 ਰੁਪਏ ਦਾ 60 ਰੁਪਏ ਦਾ ਪੂਰਾ ਪੈਕਟ 12 ਹੁੰਦੇ ਇਸ ਕੇ ਅੰਦਰ ਪੀਸ ਅੱਛਾ ਔਰ ਇਹ ਵਾਲੀ 60 ਰੁਪਏ ਜੀ 60 ਰੁਪਏ ਦਾ ਔਰ ਇਹ ਵਾਲਾ ਇਹ 25 ਰੁਪਏ ਆ ਦੇਖ ਸਕਦੇ ਹੋ ਤੁਸੀਂ 200 ਰੁਪਏ ਤੁਹਾਨੂੰ ਆ ਪੱਖਾ ਮਿਲ ਜੂਗਾ ਤੇ ਇਹਦੇ ਲਾਈਟ ਵੀ ਲੱਗੀ ਹੋਈ ਆ ਠੀਕ ਹੈ 200 ਰੁਪਏ ਦਾ ਉਹ ਵੈਸੇ ਥੋੜਾ ਜਿਹਾ ਵੱਡਾ ਸਾਈਜ਼ ਆ ਇਹ ਤੁਹਾਨੂੰ ਮਿਲ ਜੂਗਾ ਇੱਥੇ 450 ਰੁਪਏ ਦਾ ਦੇਖ ਸਕਦੇ ਹੋ ਇਦਾਂ ਤੁਸੀਂ ਘਰੇ ਇਹਦੇ ਵਿੱਚ ਵੱਡੀ ਲਾਈਟ ਆ 450 ਰੁਪਏ ਦੇ ਵਿੱਚ ਵੱਡੀ ਲਾਈਟ ਆ ਅੱਜ ਦੇ ਵਿੱਚ ਛੋਟੀ ਲਾਈਟ ਆ ਠੀਕ ਹੈ ਮੈਂ ਦੇਖੋ ਆ ਲੈਦਰ ਦੇ ਪਰਸ ਨੇ ਤੁਹਾਡੇ ਸਾਹਮਣੇ ਠੀਕ ਆ ਆ ਦੇਖ ਸਕਦੇ ਹੋ ਅਗਰ ਇਹ ਤੁਸੀਂ ਬਾਹਰੋਂ ਲੈਣੇ ਨੇ 3-4 ਸੌ ਤੋਂ ਘੱਟ ਨਹੀਂ ਮਿਲਣਾ ਤੁਹਾਨੂੰ ਇਹ ਇੱਥੇ ਤੁਹਾਨੂੰ ਇਹ 50 ਰੁਪਏ ਦਾ ਮਿਲ ਜੂਗਾ ਔਰ ਇਹ ਬੈਲਟਾਂ ਪਈਆਂ ਨੇ ਕੋਈ ਵੀ ਬੈਲਟ ਲੈ ਲਓ 20-20 ਰੁਪਏ ਤੋਂ ਇੱਥੇ ਬੈਲਟ ਮਿਲ ਜੂਗੀ ਠੀਕ ਹੈ ਕਿਤਨੇ ਭਈਆ ਪੈਕਟ 100 ਰੁਪਏ ਦੇ 4 ਪੈਕਟ 100 ਰੁਪਏ ਦੇ ਇਦਾਂ ਦੇ 4 ਪੈਕਟ ਮਿਲ ਜਾਣਗੇ ਔਰ ਇਦਾਂ ਵੀਰ ਜੀ ਇਹ 60 ਰੁਪਏ ਦਾ ਡੱਬਾ ਕਿਤਨੇ ਵੀ ਤੇ 12 ਪੀਸ ਹੈ ਇਹਦੇ ਅੰਦਰ 12 ਪੀਸ ਨੇ 60 ਰੁਪਏ ਦਾ ਡੱਬਾ ਠੀਕ ਆ ਆ ਦੇਖ ਸਕਦੇ ਹੋ ਸਾਰਾ ਇਹ ਰੇਟ ਹੈ ਬਿਲਕੁਲ ਸਸਤਾ ਸਮਾਨ ਨਾ ਲਵੇ ਅੱਜ ਸਾਰੇ ਰੱਖੇ ਰੱਖਣੇ ਕਰ ਗਏ ਨੇ ਸਾਰੇ ਬਾਜ਼ਾਰ ਦੇ ਵਿੱਚ ਜੀ ਕਿਤਨੇ ਕਾ ਹੈ 120 ਰੁਪਏ ਦੀ ਦਰਜਨ ਔਰ ਇਹ ਵਾਲਾ ਵੀ ਸੇਮ ਹੀ ਹੈ 120 ਰੁਪਏ ਦਰਜਨ ਇਹਨਾਂ ਦੀ ਜਿਹੜਾ ਮਰਜ਼ੀ ਦੇਖ ਸਕਦੇ ਤੁਸੀਂ ਜਿਹੜਾ ਮਰਜ਼ੀ ਲੈ ਲਓ ਠੀਕ ਹੈ ਮੋਟੂ ਪਤਲੂ ਹੋ ਗਿਆ ਗਣੇਸ਼ ਜੀ ਹੋ ਗਿਆ ਆ ਪੋਕੀ ਮੈਨੂੰ ਡੋਰੀਮੋਨ ਆ ਪਤਾ ਨਹੀਂ ਇਮੋਜੀ ਜਿਹੜਾ ਵੀ ਹੈ ਮਤਲਬ ਜਿਹੜਾ ਮਰਜ਼ੀ ਸਪਾਈਡਰਮੈਨ ਵਾਲਾ ਲੈਣਾ ਜੋ ਮਰਜ਼ੀ ਲੈ ਲਓ 120 ਰੁਪਏ ਤੁਹਾਨੂੰ ਇੱਥੇ ਦਰਜਨ ਮਿਲ ਜੂਗੀ ਪੂਰਾ ਡੱਬਾ ਮਿਲ ਜੂਗਾ 120 ਰੁਪਏ ਦੇ ਵਿੱਚ ਠੀਕ ਹੈ ਆ ਦੇਖੋ ਵੀ ਰੱਖੜੀ ਹੈ ਜਵਾਕਾਂ ਵਾਸਤੇ ਬੱਚਿਆਂ ਵਾਸਤੇ 80 ਰੁਪਏ ਦੇ ਤੁਹਾਨੂੰ ਇੱਥੇ 12 ਪੀਸ ਮਿਲ ਜਾਣਗੇ ਸਭੀ ਦਾ ਰੇਟ ਕੀ ਹੈ ਸਭ ਦਾ ਰੇਟ ਇੱਕੋ ਹੀ ਹੈ ਜੀ ਆ ਕੈਮਰੇ ਨੇ ਕਾਰਾਂ ਨੇ ਉਹ ਗੁੱਡੇ ਜਿਹੇ ਨੇ ਹਨਾ ਹੋਰ ਬਹੁਤ ਕੁਝ ਹੈ 80 ਰੁਪਏ ਦਾ ਪੈਕਟ 12 ਪੀਸ ਨੇ ਉਹਦੇ ਅੰਦਰ ਠੀਕ ਹੈ ਵੀਰ ਜੀ ਪਰਸ ਵੇਚ ਰਹੇ ਨੇ ਵੀਰ ਜੀ ਕਿਤਨੇ ਦਾ ਪਰਸ ਦੇ ਰਹੇ ਹੋ ਅੱਛਾ ਭਾਈ ਆ ਦੇਖੋ ਦੋ ਪਰਸ ਮਿਲਣਗੇ ਤੁਹਾਨੂੰ ਇੱਥੇ 150 ਰੁਪਏ ਦੇ ਦੋ ਮਿਲ ਜਾਣਗੇ ਔਰ ਆ ਛੋਟੇ ਵਾਲਾ ਕਿਤਨੇ ਦਾ 60 ਰੁਪਏ ਇਹ 60 ਰੁਪਏ ਦਾ ਇੱਕ ਕੇ ਦੋ 60 ਰੁਪਏ ਦਾ ਇੱਕ ਜੀ 150 ਰੁਪਏ ਕੇ ਦੋ ਬੜੇ ਮਿਲ ਜਾਣਗੇ ਅੰਕਲ ਜੀ ਬੈਠੇ ਨੇ ਅੰਕਲ ਜੀ ਪਤਾ ਕਰ ਲੈਣੇ ਆਪਾਂ ਕੰਗੇ ਕਿੰਨੇ ਰੁਪਏ ਦੇ ਰਹੇ ਨੇ ਅੰਕਲ ਜੀ ਆ ਕੰਗਾ ਕਿਤਨੇ ਰੁਪਏ ਦਾ ਦੇ ਰਹੇ ਹੋ 60 ਰੁਪਏ ਦੇ 12 ਕੰਗੇ ਔਰ ਇਹ ਵਾਲੇ ਇਹ ਸੇਮੀ ਰੇਟ ਹੈ 60 ਰੁਪਏ ਦੇ 12 ਕੰਗੇ ਜਿਹੜੇ ਮਰਜ਼ੀ ਲੈ ਸਕਦੇ ਹੋ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਔਰ ਆ ਛੋਟੀ ਵਾਲੀਆਂ ਵੀ ਸੇਮੀ ਰੇਟ ਹੈ 30 ਰੁਪਏ ਦੀਆਂ 12 ਕੰਗੀਆਂ ਭਈਆ ਛੋਟੀ ਕੰਗੀਆਂ ਨੇ 30 ਰੁਪਏ ਦੀਆਂ 12 ਕੰਗੀਆਂ ਪੂਰੇ ਦਰਜਨ 30 ਰੁਪਏ ਵਿੱਚ ਠੀਕ ਹੈ ਬਾਕੀ ਹੈਗੇ ਨੇ ਜਿਹੜੇ ਵੱਡੇ ਕੰਗੇ ਨੇ ਇਹ ਤੁਹਾਨੂੰ ਮਿਲ ਜਾਣਗੇ ਇੱਥੇ 60 ਰੁਪਏ ਦੇ 12 ਕੰਗੇ ਲਓ ਜੀ ਆਪਾਂ ਵੀਰ ਜੀ ਕੋਲ ਆਏ ਆ ਸੂਈਆਂ ਪਤਾ ਕਰ ਲੈਣਾ ਪਹਿਲਾਂ ਸਾਰੀ ਕੱਲੀ ਕੱਲੀ ਚੀਜ਼ ਦਿਖਾਵਾਂਗਾ ਤੁਹਾਨੂੰ ਕਿੰਨੇ ਸਸਤੇ ਰੇਟਾਂ ਤੇ ਮਿਲਦੀ ਹੈ ਵੀਰ ਜੀ ਸੂਈਆਂ ਦੱਸੋ ਵੱਡੀਆਂ ਕਿੰਨੇ ਦੀਆਂ ਨੇ 30 ਰੁਪਏ ਦਾ ਪੈਕਟ ਕਿੰਨੇ ਹੁੰਦੇ ਨੇ ਇਹਦੇ ਅੰਦਰ 20 ਪੀਸ 20 ਪੀਸ ਨੇ 30 ਰੁਪਏ ਦੇ ਠੀਕ ਹੈ ਔਰ ਇਹ ਬਰਸ ਕਿਤਨੇ ਦਾ ਹੈ
दस रुपए का पर्स और रह वाले फोग वाले चम्मच फोग ही बोलते हैं ना इसको फोग पचास रुपए के बारह और रह वाले चम्मच कितने देने ये भी सौ रुपए के बारह ये भी सौ रुपए के बारह और सेफ्टी पिन हाँ सेफ्टी पिन 20 रुपए का पैकेट है ठीक है जी और छोटे से कितने देने 20 रुपए 18 नंबर और 16 नंबर ये भी 20 रुपए का कितने होंगे ना अंदर पांच पीस है और फिरकी कितने की है 20 रुपए का पैकेट है जी 12 अंदर फिरकियां ने और छोटा मेरे कितने का है 10 का हां 10 रुपए का एक और इंची टेप कितने का है 10 ये भी 10 रुपए का एक मिल जाएगा तुम्हें एकदम बिल्कुल सस्ते रेट में कोई सामान मिल जाएगा भाई 100 रुपए में तीन ट्रेयां मिल जाएंगी तुम्हें बिल्कुल हार्ड ने मजबूत ने 100 रुपए में तीन ट्रेयां जो मर्जी कलर ले लो जो मर्जी डिजाइन ले सकते हो ठीक है ਵੀ ਜਰਾਬਾਂ ਦਾ ਕੀ ਰੇਟ ਹੈ ਜਰਾਬਾਂ ਦਾ ਇੱਕ ਦੇ ਅੰਦਰ ਤਿੰਨ ਜੋੜੇ ਨੇ ਤੇ 100 ਰੁਪਏ ਤੁਹਾਨੂੰ ਇਹ ਚਾਰ ਜੋੜੇ ਮਿਲ ਜਾਣਗੇ ਚਾਰ ਤੇ 12 ਮਤਲਬ ਕਿ 12 ਜਰਾਬਾਂ ਦੇ ਜੋੜੇ ਮਿਲ ਜਾਣਗੇ 100 ਰੁਪਏ ਦੇ ਭਈਆ ਦੇਖੋ ਰੱਖੜੀ ਛੋਟੀ ਜੀ ਮੋਬਾਈਲ ਵਾਲੀ ਰੱਖੜੀ ਆ ਕਿ ਕਿੰਨੇ ਕੇ ਵੀਰ ਜੀ 10 ਰੁਪਏ ਸਾਰੀ ਭਈ ਕੋਈ ਵੀ ਲੈ ਲਓ 10 ਰੁਪਏ ਦੀਆਂ ਆਪਾਂ ਨੂੰ ਆ ਮੋਬਾਈਲ ਵਾਲੀਆਂ ਰੱਖੜੀਆਂ ਮਿਲ ਜਾਣਗੀਆਂ ਬੁੱਢਾ ਵਾਲਾ ਮਿਲ ਜੀ 10 ਰੁਪਏ ਦਾ ਸਾਰੀਆਂ ਲਾਈਟਾਂ ਲੱਗੀਆਂ ਹੋਣੀਆਂ ਅੰਦਰ ਠੀਕ ਆ ਟਰੱਕ ਜਾਂ ਪਤਾ ਨਹੀਂ ਕੀ ਆ ਹਾਂ ਤੇ ਇਦਾਂ ਹੀ 10 ਰੁਪਏ ਦੀਆਂ ਤੁਹਾਨੂੰ ਸਾਰੀਆਂ ਰੱਖੜੀਆਂ ਮਿਲ ਜਾਣੀਆਂ ਇਹਨਾਂ ਦੇ ਅੰਦਰ ਲਾਈਟਾਂ ਲੱਗੀਆਂ ਹੋਈਆਂ ਨੇ ਠੀਕ ਆ ਸੋ ਭਾਈ ਖੜਾ ਹੋਈ ਬੈਲਟਾਂ ਲੈ ਕੇ ਬਿਲਕੁਲ ਕਿਤੇ ਤੇਰੇ ਬੈਲਟ 100 रुपए की एक बेल्ट दोगे और 150 रुपए दो दे दोगे भाई 150 रुपए लेने से फायदा दो मिल जाएंगे तुम्हें देखना वधिया सिस्टम है यार देखो आ 150 रुपए दो बेल्ट आने इतने वो आ देख सकते हो सारा कुछ पे आए थे ये पायल पायल झांजर झांजर बोलते हैं ना पंजाबी में कितने की है ये 30 रुपए दो पीस मतलब की पूरा जोड़ा 30 रुपए का जो मर्जी ले लो है भाई जो मर्जी डिजाइन ले लो झांजर मिल रहा इतने जोड़ा 30 रुपए का मात्र आ देख सकते हो इदा दे बड़े वधिया ने यार 30 रुपए से किए देखो बच्चों के चप्पल का जोड़ा कितने वीर जी जो मर्जी ले लो भाई सारे जोड़े 50 रुपए के ने देखो छोटे बच्चों वास्ते भी ने थोड़े से बड़े भी ने 50 रुपए का जोड़ा जो मर्जी ले लो ठीक है जी वधिया ए 50 रुपए का और ए 100 रुपए का 100 रुपए का 50 रुपए ने ठीक है देखो जो मर्जी ले लो 50 रुपए के पर्स देखो भाई कोई भी सूट ले लो इतने ठीक है 350 रुपए का सूट मिल जाएंगे आ देखो जो मर्जी ले लो सारे 350 रुपए रेट है हाँ देखो आंटी चक्कर के देख रहे हैं चलो आके भी चक्कर के जो मर्जी दे सकते हो ठीक है सारे पीस ने 350 रुपए का जो मर्जी ले लो ठीक तो भाई 160 रुपए के आ उपर का नीचे का पूरा सैट मिल जूगा बच्चों का 160 रुपए का ठीक है हाँ देखो इदा 160 रुपए भावें लोअर ले लो भावें निकर वाला ले लो 160 रुपए तो पूरा सैट मिल जूगा ठीक है 30 रुपए की टी शर्ट मिल जू तेन इतने 30 रुपए की 150 रुपए पांच टी शर्टा मिल रही चलो आके देख सकते हो कॉलर वाली भी ने गले वाली भी ने ठीक है कॉटन दी शर्टा ने 150 रुपए पांच टी शर्टा आ देख सकते हो इदा दी ठीक है ये तुम्हें पेगी एक 30 रुपए की मात्र ठीक है आ देख सकते हो हड्डी पैसे वाला लिफाफा मिल जूगा तुम्हें 30 रुपए का 25 पीस ने और यह वाली कितनी टेप है 30 रुपए का पूरा और ये वाला कोई भी ले लो आ भी 30 रुपए का आ भी 30 रुपए का आ भी 30 रुपए की आ भी 30 रुपए की जिड़ी मर्जी ले लो सारा कुछ इतने 30 रुपए में तुम्हें मिल जाऊगा आ भी 30 रुपए का दोस्तों किवें लगी तुहानू अज दी वीडियो जरूर सो कमेंट करके सो मिलते हैं अगले वीडियो बाय बाय।